Paso. ਅਲਵਰ ਦੇ ਜੋਗੀ ਦਾ ਬੱਚਾ, ਜੋਗੀ ਦਾ ਜੀ, ਘੋੜਾ ਜੋਗੀ ਆ, ਘੋੜਾ ਜੋਗੀ ਜੀ। ਇਹਨਾਂ ਦੀ ਮਾਂ ਜੀ ਅੱਗੇ ਤੁਹਾਨੂੰ ਵਿਖਾਈ ਹੈ, ਜਿਹਦੇ ਮਗਰ ਵਛੇਰਾ ਸੀ, ਤੇ ਇਹਨਾਂ ਤਿੰਨਾਂ ਵਛੇਰਿਆਂ ਦੇ ਜੀ ਪਾਜੀ ਉਹੀ ਮਾਂ ਹੈ ਕੁੱਲੀ। ਇੱਕ ਦਾ ਬੱਚਾ ਹੈ ਦੁੱਲੇ ਸਿਆਲ ਆਏ ਦਾ, ਚੈਂਚਲ ਦੁੱਲੇ ਸਿਆਲ ਅਸਲਾਮੁਅਲੈਕਮ ਜੀ, ਕੀ ਹਾਲ ਚਾਲ ਹੈ ਸਭ ਦਾ? ਠੀਕ ਠਾਕ ਨੇ, ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਦੇ ਤੇ ਖੁਸ਼ ਹੋਵੋਦੇ, ਆਬਾਦ ਹੋਵੋਦੇ, ਤੇ ਤੁਸੀਂ ਬਾਈਜਾਨ ਆਉਂਦੇ ਹੋਵੋਦੇ ਕਿ ਯਾਰ ਅੱਜ ਕੱਲ੍ਹ ਜਿਹੜਾ ਵਿਲਾਗ ਹੈ ਮੁੰਡਾ ਗੱਡੀ ਵਿੱਚ ਹੀ ਸ਼ੁਰੂ ਕਰ ਰਿਹਾ, ਉਹਦੀ ਵਜ੍ਹਾ ਕੀ ਹੈ ਕਿ ਲਾਸਟ ਵਿਲਾਗ ਵੀ ਤੁਸੀਂ ਵੇਖਿਆ, ਅਸੀਂ ਇੱਕ ਘੋੜਾ ਵੇਖਣ ਗਏ ਹਾਂ, ਰੁਸਤਮ ਦਾ ਬੱਚਾ ਜਿਹਦੇ ਮੱਥਾ ਹਮਨੇ ਲਾਇਆ ਸੀ, ਠੀਕ ਹੈ, ਉਹ ਤੁਸੀਂ ਸਾਰਿਆਂ ਬਾਈ ਵਿਲਾਗ ਵੇਖਿਆ ਹੀ ਹੋਣਾ, ਜੇ ਨਹੀਂ ਵੀ ਵੇਖਿਆ ਤੇ ਚਲੋ ਪਹਿਲਾਂ ਉਹ ਜਾ ਕੇ ਵੇਖੋ, ਫਿਰ ਤੁਹਾਨੂੰ ਇਸ ਵਿਲਾਗ ਦੀ ਸਮਝ ਆਵੇਗੀ। ਤੇ ਅੱਜ ਵੀ ਬਾਈਜਾਨ ਇਹ ਕਿ ਘੋੜਾ ਸਰਚਿੰਗ ਪਾਰਟ 2, ਅਸਦ ਬਾਈ ਜੀ ਸਾਨੂੰ ਅੱਜ ਲੈ ਕੇ ਚੱਲੇ ਨੇ ਇੱਕ ਹੋਰ ਵਛੇਰੇ, ਤੇ ਉਹ ਵੀ ਅਸੀਂ ਉੱਥੇ ਪਹੁੰਚਨੇ ਆ, ਬਾਈਜਾਨ ਪਹੁੰਚ ਕੇ ਜਾ ਕੇ ਵੇਹਨੇ ਆ, ਨਾਲ ਪੰਜੇ ਉਂਗਲੀਆਂ ਜਿਹੜੀਆਂ ਨੇ ਇੱਕੋ ਜਿਹੀਆਂ ਤੇ ਨੀ ਚੀਮਾ ਸਾਹਿਬ, ਠੀਕ ਹੈ, ਤੇ ਬਾਕੀ ਕੋਈ ਨੀ, ਚੰਗੇ ਮਾੜੇ ਜੀ ਹਰ ਜਗ੍ਹਾ ਹੀ ਹੁੰਦੇ ਨੇ, ਕੋਈ ਗੱਲ ਨੀ, ਤੇ ਇਨਸ਼ਾਅੱਲਾ ਆ ਵੇਖੋ ਜਿਨ੍ਹਾਂ ਦੇ ਕੋਲ ਅਸੀਂ ਚੱਲੇ ਆ ਹੁਣ ਉੱਥੇ ਚੱਲ ਕੇ ਬਾਈਜਾਨ ਤੁਹਾਨੂੰ ਘੋੜਾ ਵਹਾਨੇ ਆ, ਤੇ ਇਨਸ਼ਾਅੱਲਾ ਤੁਸੀਂ ਉਹ ਵਿਲਾਗ ਪਹਿਲਾਂ ਪਿਛਲਾ ਵੇਖੋ, ਫਿਰ ਇਹ ਵਿਲਾਗ ਵੇਖੋ, ਤੇ ਫਿਰ ਜਿਹੜਾ ਵੀ ਨਾ ਫਿਰ ਤੁਸੀਂ ਕੰਪੈਰੀਜ਼ਨ ਕਰਕੇ ਫਿਰ ਕਮੈਂਟ ਕਰਕੇ ਦੱਸਿਓ ਕਿ ਅਸੀਂ ਕਿਹਸਾ ਖਜਲ ਹੋ ਰਹੇ ਹਾਂ ਤੇ ਕੀ ਹਿਸਾਬ ਹੈ। ਮੈਂ ਗੱਲ ਕਿਉਂ ਕੀਤੀ ਹੈ ਕਿ ਕੱਲ ਜਿਹੜੇ ਮੁੰਡਾ ਨੂੰ ਪਾਈ ਜਾਂਦੇ, ਸਾਨੂੰ ਇੱਥੇ ਵੀ ਘੋੜਾ ਨਾ ਪਸੰਦ ਆਇਆ ਤੇ ਅਸੀਂ ਇਨਸ਼ਾਅੱਲਾ ਚਾਂਗ ਨੂੰ ਵੀ ਨਿਕਲਾਂਦੇ, ਇਨਸ਼ਾਅੱਲਾ ਇਨਸ਼ਾਅੱਲਾ ਚੀਜ਼ ਪਾਈ ਜਾਂ, ਅਸੀਂ ਉਹੀ ਲੈਣੀ ਕਿ ਜਿਹੜਾ ਇੱਕ ਵਾਰੀ ਰੋਲੇ ਪੰਜਾਬ ਵਿੱਚ ਰੋਲੇ ਪੈਣ ਇੱਕ ਵਾਰੀ ਇਨਸ਼ਾਅੱਲਾ, ਠੀਕ ਹੈ, ਮਾੜੀ ਸ਼ਾਇਦ ਤੇ ਅਸਾਂ ਨਾ ਲੈਣੀ ਹੈ ਤੇ ਨਾ ਅਸਾਂ ਵੇਖਣੀ, ਠੀਕ ਹੈ ਜੀ, ਇਨਸ਼ਾਅੱਲਾ ਹੁਣ ਘੋੜੇ ਤੇ ਪਹੁੰਚ ਕੇ ਫਿਰ ਹੀ ਅੱਗੋਂ ਵੀਡੀਓ ਸਟਾਰਟ ਕਰੀਏ ਸਤ ਬਾਈ, ਠੀਕ ਹੈ ਜੀ, ਚਲੋ ਜੀ, ਠੀਕ ਹੈ ਜੀ, ਹੁਣ ਉੱਥੇ ਚੱਲ ਕੇ ਤੁਹਾਨੂੰ ਮਿਲਨੇ ਆ, ਇੱਥੋਂ ਮੁੜੋ ਪਾ ਜੀ ਸੱਜੇ ਹੋ ਜਾਓ। ਇਹ ਬਾਈ ਜਾਨ ਅਸੀਂ ਪਹੁੰਚਾਇਆ ਜੀ ਜਨਾਬ ਡੇਰੇ ਤੇ, ਠੀਕ ਹੈ, ਜਵਾਨਾਂ ਬਨੈਨਾ ਲਾਈਆਂ ਨੇ ਅੰਦਰ ਅੰਦਰ ਨੀ ਮੱਟਦੀ, ਚਲੋ ਬਾਹਰ ਹੀ ਛੱਡੋ, ਆ ਜਾਓ ਜਨਾਬ। ਲੋ ਜੀ, ਜਵਾਨਾਂ ਨੂੰ ਬੜਾ ਸਸਪੈਂਸ ਹੈ ਜੀ, ਪਹੁੰਚ ਆਏ ਹਾਂ, ਤੇ ਬਾਕੀ ਗੱਲ ਜ਼ਰਾ ਇੱਥੇ ਅਸੀਂ ਖੁੱਲ ਡੁੱਲ ਕੇ ਨਹੀਂ ਕਰਨੀ, ਪਹੁੰਚ ਕੀ ਕਰਾਂਗੇ, ਕਿਉਂ ਅਸਦ ਬਈ ਉਹ ਬਾਈ ਜਾਨ ਸਾਹਮਣੇ ਉਹ ਬਾਈ ਯਾਰੇ ਘੋੜਾ ਤਿਆਰ ਕਰ ਰਹੇ ਨੇ, ਬਾਹਰ ਕੱਢਦੇ ਨੇ, ਤੇ ਫਿਰ ਤੁਹਾਨੂੰ ਵਹਾਨੇ ਆ ਜੀ, ਉਹ ਵੇਖਾਂ ਲੈ ਕੇ ਪਿਆਉਂਦੇ ਨੇ ਬਾਈ, ਬਸ ਲਿਆਂਦਾ
ਮਾਸ਼ਾਅੱਲਾ ਇਹਦੀ ਬਾਈ ਜ਼ਰਾ ਘੋੜੀ ਦੀ ਡਿਟੇਲ ਦੱਸਿਓ ਉੱਚੀ ਥੋੜਾ ਬੋਲਿਆ ਜੇ ਜੀ ਜੀ ਜ਼ਰੂਰ ਇਹ ਘੋੜੀ ਨਾ ਪਾਈ ਜਾਂਦਾ ਤਕਰੀਬਨ 4 ਮਹੀਨਿਆਂ ਦੀ ਸੀ ਤੇ ਇੱਥੇ ਸਾਡੇ ਨਾ ਆਪਣੇ ਅਜੀਜ਼ ਨੇ ਇੱਕ ਪਾਈ ਬਾਈ ਇੱਥੇ ਇੱਥੇ ਹੋ ਇੱਥੇ ਹੋ ਅੱਛਾ ਇਹ ਘੋੜੀ 4 ਮਹੀਨਿਆਂ ਦੀ ਤੇ ਝੰਗ ਢੁਆਂਦੀ ਨੇ ਉੱਥੇ ਨਾ ਵਾਲੇ ਦੇ ਪਿੰਡ ਦੇ ਨਾਲ ਇੱਕ ਨਾ ਮਾਨੂ ਦਾ ਵਾਲਾ ਉੱਥੇ ਵਪਾਰੀ ਉਹਦੇ ਪਿੰਡ ਦੇ ਨਾਲ ਨਾ ਇੱਕ ਤੇਲੀਆ ਸਾਵਾ ਜਿਹੜਾ ਨਾ ਬੜਾ ਮਸ਼ਹੂਰ ਹੋਇਆ ਅੱਛਾ ਅੱਛਾ ਉਹਦੀ ਬੱਚੀ ਹੈ ਵਿਚੇਰੀ ਠੀਕ ਹੈ ਉਹਦੇ 4 ਮਹੀਨਿਆਂ ਦੀ ਸਟੇਜ ਆਂਦੀ ਸਾਨੇ ਭਾਈ ਤੇ ਅਸੀਂ ਉਹਨਾਂ ਕੋਲ ਫਿਰ ਮੁੱਲ ਖਰੀਦੀ ਹੈ ਠੀਕ ਹੈ ਦੂਸਰੀ ਵਿਚੇਰੀ ਸੀ ਤੇ ਮਗਰ ਅੱਛਾ ਅੱਛਾ ਮਾਸ਼ਾਅੱਲਾ ਉਹਨਾਂ ਰੱਖ ਲਈਏ ਸਹੀ ਹੈ ਤੇ ਇਹ ਹੁਣ ਨਾ ਦੂਸਰਾ ਬਾਅਦ ਜੇ ਸੋਆ ਦਿੱਤਾ ਸਾਡੇ ਕੋਲ 6 ਜ਼ੁਲੇ ਸਿਆਲ ਨਿਕਲੇ ਅੱਛਾ ਅੱਛਾ ਲੋਰ ਜਿਹੜਾ ਫਾਰਮ ਜਿਹੜੀ ਖਲੋਤਾ ਟੀਐਮ ਫਾਰਮ ਤੇ ਖਲੋਤਾ ਬਿਲਕੁਲ ਅੱਛਾ ਅੱਛਾ ਦੁਬਾਰਾ ਫਿਰ ਅਸੀਂ ਹੁਣ ਕ੍ਰਾਸ ਹੋਣੀ ਹੈ ਤਕਰੀਬਨ ਅੱਜ 20 ਕੁ ਦਿਨਾਂ ਦਾ ਹੋ ਗਿਆ ਵਿਚੇਰਾ ਅੱਛਾ ਅੱਛਾ ਦੁਬਾਰਾ ਅਸੀਂ ਕ੍ਰਾਸ ਕਰਾਈਏ ਸਰਦਾਰ ਅਸਦਾਨ ਫਰੂਕ ਦਾ ਗਾਰਡ ਗਿਫਟਡ ਘੋੜਾ 5 ਕਲਿਆਣ ਅੱਛਾ ਅੱਛਾ ਮਾਸ਼ਾਅੱਲਾ ਉਹਦੇ ਤੋਂ ਕ੍ਰਾਸ ਕਰਾਈਏ ਦੁਬਾਰਾ ਚਲੋ ਜੀ ਆਈ ਹੋਪ ਸੋ ਇਨਸ਼ਾਅੱਲਾ ਅੱਛਾ ਰਿਜ਼ਲਟ ਆਏ ਭਾਈ ਜਾਨ ਬਾਕੀ ਫਿਰ ਰੰਜੀ ਕਰਾਂਗੇ ਹਾਂਜੀ ਘੋੜੇ ਵੀ ਬਾਹਰ ਖੜੇ ਨੇ ਜੀ ਉਹ ਅੱਗੇ ਮੁਸ਼ਕਾ ਖਲੋਤਾ ਜੀ ਇਹਨਾਂ ਬਾਰੇ ਵੀ ਭਾਈ ਯਾਰਾਂ ਤੋਂ ਪੁੱਛਣੇ ਆ ਜੀ ਵਛੇਰਾ ਜੀ ਯੈਸ ਮਾਈ ਡਾਰਲਿੰਗ ਮਾਸ਼ਾਅੱਲਾ ਜੀ ਕੀ ਬਾਤ ਹੈ ਤੁਹਾਡੇ ਵਾਲੇ ਵਛੇਰੇ ਦਾ ਭਰਾ ਹੀ ਹੈ ਮੁਸ਼ਕਾ ਵੇਖੋ ਜੀ ਮਾਸ਼ਾਅੱਲਾ ਕੀ ਬਾਤ ਹੈ ਜੀ ਬੱਚਾ ਜੀ ਇਹ ਭਾਈ ਜਾਨ ਅਸੀਂ ਮੁੱਲ ਖਰੀਦਿਆ ਤਾਂ ਕੋਈ ਬਲੱਡ ਲੈਣ ਦਾ ਨਹੀਂ ਕਨਫਰਮ ਹੈ ਅੱਛਾ ਅੱਛਾ ਤੇ ਭਾਈ ਖਲੀਲ ਜਖਰ ਅੱਲਾ ਪਾਕ ਨੂੰ ਜਨਨ ਸੀ ਕਰੇ ਆਮੀਨ ਜੀ ਲਿਆ ਸੀ ਤੇ ਬਹੁਤ ਅੱਛਾ ਨਿਜ਼ਾਬਾਦੀ ਸੰਕਾਰ ਨਵਾਂ ਹੀ ਪਾਣੀ ਲੱਗਾ ਠੀਕ ਹੈ ਅਸੀਂ ਮੁੱਲ ਖਰੀਦਿਆ ਤੇ ਸਾਨੂੰ ਅੱਛਾ ਅੱਛਾ ਕੋਈ ਦੇਣੀ ਹੈ ਸਹੀ ਹੈ ਮਾਸ਼ਾਅੱਲਾ ਜੀ ਖੂਬਸੂਰਤ ਜਾਨਵਰ ਨੇ ਆਓ ਚਲੋ ਜੀ ਜਨਾਬ ਹੁਣ ਅਸੀਂ ਨਿਕਲ ਰਹੇ ਹਾਂ ਜੀ ਹਾਂਜੀ ਅਸਦ ਭਾਈ ਚਲੀਏ ਫਿਰ ਚਲੋ ਜਨਾਬ ਹੁਣ ਵਾਪਸੀ ਹੈ ਇਨਸ਼ਾਅੱਲਾ ਤੇ ਮਿਲਦੇ ਹਾਂ ਫਿਰ ਤੁਹਾਨੂੰ ਕੀ ਕੁਛ ਹਿਸਾਬ ਕਿਤਾਬ ਹੋਇਆ ਉਹ ਸਾਰਾ ਤੁਹਾਡੇ ਨਾਲ ਬੈਜਨ ਸ਼ੇਅਰ ਕਰਾਂਗੇ ਬਸ ਹੁਣ ਨਿਕਲੀਏ ਮੌਸਮ ਹੀ ਬੜਾ ਪਿਆਰਾ ਬਣ ਗਿਆ ਜੀ ਜਾਂਦਿਆਂ ਜਾਂਦਿਆਂ ਘੋੜਿਆਂ ਦੀ ਜਲਕੀ ਫਿਰ ਵੇਖ ਲਓ ਲਓ ਜੀ ਜਨਾਬ ਹੁਣ ਅਸੀਂ ਅਸਦ ਭਾਈ ਦੇ ਡੇਰੇ 'ਤੇ ਆ ਗਏ ਹਾਂ ਜੀ ਇਹਨਾਂ ਦੇ ਹੁਣ ਘੋੜੇ ਤੁਹਾਨੂੰ ਵਹਾਨੇ ਹਾਂ ਡਿਟੇਲ ਦੇ ਨਾਲ ਇਹਨਾਂ ਦੀ ਡਿਟੇਲ ਪੁੱਛਣੇ ਅਸਦ ਭਾਈ ਯਾਰਾਂ ਤੋਂ
ਕਿਉਂ ਜਿਮਾ ਸਾਹਿਬ ਹੈ ਤੇ ਵੇਖੀਏ ਨਾ ਸ਼ੌਕ ਤੇ ਕਰੀਏ ਬਾਕੀ ਗੱਲ ਨਸੀਬਾਂ ਦੀ ਹੈ ਇਨਸ਼ਾਅੱਲਾ ਅੱਲਾਹ ਹਰ ਕਰੇ ਦਾ ਜੀ ਅੱਜ ਰਾਤੀ ਨਿਕਲ ਜੰਨੇ ਅਸੀਂ ਦੇ ਕੋਲ ਲੈ ਘਰ ਆ ਜਾਵਾਂ ਬੜੇ ਕਾਲੇ ਹੋ ਸਾਵਾ ਨੀਲਾ ਬਣੇ ਰਹੀ ਪਹਿਲਾਂ ਦੁੱਧੀਆ ਬਣ ਜੇ ਤਾਂ ਨਹੀਂ ਹੋਵੇ ਤਾਂ ਦੁੱਧੀਆ ਪਿਓ ਹਰ ਹੀ ਬਣੇ ਦਾ ਸਭ ਬਈ ਉਹੀ ਰੰਗ ਹੀ ਜਾ ਜੇ ਕਹਿੰਦਾ ਬੁਲੰਦ ਬਣਦਾ ਬਾਕੀ ਵਛੇਰੇ ਜੀ ਉਹ ਪਰਾਂ ਨੇ ਬਾਈਰੀ ਲੈ ਕੇ ਆਉਂਦੇ ਨੇ ਤੇ ਫਿਰ ਤੁਹਾਨੂੰ ਵਹਾਨੇ ਆ ਲੋ ਬਾਈ ਜਾਨ ਮੌਸਮ ਵੀ ਬੜਾ ਅੱਛਾ ਤੇ VIP ਬਣ ਗਿਆ ਜੇ ਤੇ ਘੋੜਾ ਇੱਕ ਹੋਰ ਏ ਬਾਈ ਜਾਨ ਅਸੀਂ ਛੱਡਿਆ ਸੀ ਹੁਣ ਉਹ ਵੇਖ ਕੇ ਆਉਂਦੇ ਆ ਆ ਜੀ ਵਾਹ ਜੀ ਵਾਹ ਕੀ ਬਾਤ ਹੈ ਇਹ ਘੋੜੇ ਦਾ ਬੱਚਾ ਬਣ ਸੀ ਇਨਸ਼ਾਅੱਲਾ ਇਨਸ਼ਾਅੱਲਾ ਜੀ ਇਨਸ਼ਾਅੱਲਾ ਵੇਖੋ ਜੀ ਅਸਦ ਬਾਈ ਦਾ ਸ਼ੌਕ ਜਾਨਵਰ ਚੈੱਕ ਕਰੋ ਮਾਸ਼ਾਅੱਲਾ ਇਹਦਾ ਅਸਦ ਬਾਈ ਦੱਸਿਓ ਜ਼ਰਾ ਪਿਓ ਦਾ ਨਾਂ ਇਹ ਭਾਈ ਜਾਨ ਯੈਸ ਮਾਈ ਡਾਰਲਿੰਗ ਘੋੜਾ ਹੈ ਉਹਦਾ ਬੱਚਾ ਹੈ ਉਹ ਖੁਦਾ ਯਾਰ ਮਾਂ ਸੁੱਤ ਜਾਂਦਾ ਜਾ ਖੁਦਾ ਯਾਰ ਮੈਂ ਲਿਪ ਜਾਂਦਾ ਰਿਹਾ ਆ ਵੇਖੋ ਜੀ ਪਾ ਜੀ ਤੇ ਉਹ ਜਿਹੜਾ ਸ਼ਹਿਜ਼ਾਦਾ ਮਗਰ ਖਲੋਤਾ ਹੈ ਉਹਦਾ ਭਾਈ ਜਾਨ ਅਲਵਰ ਦੇ ਜੋਗੀ ਦਾ ਬੱਚਾ ਹੈ ਜੋਗੀ ਦਾ ਜਿਹੜਾ ਘੋੜਾ ਜੋਗੀ ਆ ਘੋੜਾ ਜੋਗੀ ਜੀ ਇਹਨਾਂ ਦੀ ਮਾਂ ਜੀ ਅੱਗੇ ਤੁਹਾਨੂੰ ਵਹਾਈਏ ਜਿਹਦੇ ਮਗਰ ਵਛੇਰਾ ਸੀ ਤੇ ਇਹਨਾਂ ਤਿੰਨਾਂ ਵਛੇਰਿਆਂ ਦੇ ਜੀ ਪਾ ਜੀ ਉਹੀ ਮਾਂ ਹੈ ਕੁੱਲੀ ਤੇ ਆ ਵੇਖੋ ਜੀ ਮਾਸ਼ਾਅੱਲਾ ਕੀ ਬਾਤ ਹੈ ਉੱਤੋਂ ਮੌਸਮ ਦਾ ਨਜ਼ਾਰਾ ਲਾਵੋ ਅਤੇ ਮਾਸ਼ਾਅੱਲਾ ਸ਼ੌਕ ਸ਼ਿਕਾਰ ਦੇ ਨਾਲ ਵੇਖੋ ਜੀ ਅੱਲਾਹ ਦੀ ਜ਼ਾਤ ਨੇ ਕੈਸਾ VIP ਸੀਨ ਬਣਾ ਦਿੱਤਾ ਜੀ ਅਸੀਂ ਅਸਦ ਬਾਈਰਾਂ ਦੇ ਸੈਟਅਪ 'ਤੇ ਪਹੁੰਚ ਆਏ ਹਾਂ ਜੀ ਘੋੜੇ ਹੁਣ ਸਾਰੇ ਅੰਦਰ ਆ ਗਏ ਨੇ ਇਕੱਠੇ ਅਤੇ ਹੁਣ ਜ਼ਰਾ ਤੁਹਾਨੂੰ ਇਕੱਠੇ ਸਾਰੇ ਇੱਕ ਵਾਰੀ ਵਹਾ ਦਈਏ ਇਹ ਜੇ ਜੀ ਇਹਨਾਂ ਦੀ ਮਦਰ ਇਹ ਦਾ ਤੀਸਰਾ ਬੱਚਾ ਜੀ ਠੀਕ ਹੈ ਇੱਕ ਹੈ ਇੱਕ ਉਹ ਪਾ ਦਿਓ ਉੱਥੇ ਟੁੱਟ ਗਿਆ ਜੀ ਪਾਣੀ ਪੀਣ ਪਹੁੰਚ ਵੀ ਗਿਆ ਅਸਦ ਬਾਈ ਕੁੱਤੀ ਕਿੱਥੇ ਜੇ ਅੱਛਾ ਇਹ ਬਾਈ ਬਾਕੀ ਸਾਰੇ ਜਾਨਵਰ ਨੇ ਆ ਤੁਸੀਂ ਵੇਖੋ ਜੀ ਮੁਰਗੀਆਂ ਵਗੈਰਾ ਦਾ ਵੀ ਅਸਦ ਬਾਈ ਇਹਨਾਂ ਨੇ ਸ਼ੌਕ ਰੱਖੇ ਆ ਵਾਹ ਵਾਹ ਆ ਵੇਖੋ ਜੀ ਸਾਡੇ ਕੁਛ ਬਾਈ ਕਮੈਂਟ ਕਰਦੇ ਹੁੰਦੇ ਨੇ ਕਿ ਮੁਰਗੀਆਂ ਦਾ ਵੀ ਸ਼ੌਕ ਕਰਵਾਓ ਆ ਵੇਖੋ ਜੀ ਬਾਈ ਜਾਨ ਇਹਨਾਂ ਬਾਰੇ ਵੇਖ ਕੇ ਤੇ ਕਮੈਂਟ ਸ਼ਮੈਂਟ ਕਰੀਓ ਇਹ ਪੱਠਾ ਬੈਠਾ ਅੱਜ ਠੀਕ ਹੈ ਜੀ ਵਗੈਰਾ ਬੱਕਰੀਆਂ ਵਗੈਰਾ ਲਓ ਜੀ ਆ ਵੇਖ ਲਓ ਚਲੀਏ ਚਲੋ ਜੀ ਮੌਸਮ ਵੀ ਉੱਤੋਂ ਵੇਖੋ ਜੀ ਬੱਦਲ ਆ ਗਏ ਨੇ ਤੇ ਨਿਕਲੀ ਆ ਹੁਣ ਬਾਰਿਸ਼ ਸਟਾਰਟ ਹੋ ਗਈ ਜੀ ਮੌਸਮ ਤੁਹਾਨੂੰ ਵਹਾਏ ਸੀ ਬੱਦਲ ਸ਼ਦਲ ਵਾਹਵਾ ਬਣੇ ਸਨ ਤੇ ਆ ਵੇਖ ਲਓ ਜੀ ਅਜੇ 20 ਮਿੰਟ ਦਿਨ ਰਹਿੰਦਾ ਅਜੇ ਟਾਈਮ ਵੀ ਇੰਨਾ ਕੋਈ ਨਹੀਂ ਹੋਇਆ 15-20 ਮਿੰਟ ਰਹਿੰਦੇ ਨੇ ਆ ਵੇਖ ਲਓ ਜੀ ਤੇ ਲਾਤ ਵੇਖੋ ਜੀ ਸਵਾ 7 ਹੋ ਗਏ ਨੇ ਜੀ ਤੇ ਮੌਸਮ ਦੀ ਸੂਰਤ ਹਾਲ ਤੁਸੀਂ ਚੈੱਕ ਕਰੋ ਮਾਸ਼ਾਅੱਲਾ ਮੌਸਮ ਤੇ ਅੱਛਾ ਹੀ ਬਣਿਆ ਹੈ ਬਾਰਿਸ਼ ਚੈੱਕ ਕਰੋ ਜੀ ਕੀ ਬਾਤ ਹੈ ਜੀ ਬਾਰਿਸ਼ ਦੀ ਕੀ ਬਾਤ ਹੈ ਅਸਦ ਸਾਹਿਬ ਲੀਕ ਤੇ ਨਹੀਂ ਹੋਇਆ ਅਸਦ ਬਾਈ ਵੇਖਿਆ ਜੇ ਉਤੋਂ ਲੀਕ ਹੀ ਨਾ ਹੋ ਜੇ ਭਾਈ ਜਾਨ ਕੋਠਾ ਨਹੀਂ ਚੁੰਦਾ ਅੱਛਾ ਜੀ ਠੀਕ ਹੈ ਫਿਰ ਇਹ ਭਾਈ ਜਾਨ ਜੇਲਮ ਦਾ ਏਰੀਆ ਹੈ ਤੇ ਵੇਖੋ ਤੁਸੀਂ ਬਾਰਿਸ਼
ਵਲੌਗ ਤੇ ਸਾਡਾ ਤੁਸੀਂ ਦਿਹਾੜੀ ਤੋਂ ਲੇਟ ਹੀ ਵੇਂਦੇ ਹੋਵੋ ਤੇ ਅੱਜ 5 ਤਰੀਕ ਹੈ ਤੇ ਵਲੌਗ ਤੁਸੀਂ 6-7 ਤਰੀਕ ਨੂੰ ਵੇਖੋ ਤੇ ਲੇਕਿਨ ਆ ਤੁਸੀਂ ਵੇਖੋ ਜੀ ਬਾਰਿਸ਼ ਇਹ ਭਾਈਜਾਨ ਮੈਪ ਦਾ ਤੁਸੀਂ ਹਾਲ ਵੇਖੋ ਮੈਪ ਲਾਉਂਦਿਆਂ ਲਾਉਂਦਿਆਂ ਤੇ ਸਾਡੀ ਅਕਲ ਵੇਖੋ ਠੀਕ ਹੈ ਮੈਪ ਸਾਨੂੰ ਹਸਪਤਾਲ ਹੀ ਲੈ ਆ ਜਾਣਾ ਸਾ ਘੋੜਿਆਂ ਦੇ ਅਸਤਬਲ ਸੀ ਉਹ ਸਾਨੂੰ ਹਸਪਤਾਲ ਲੈ ਆ ਪਾਜ ਜੇਲਮ ਇਹ ਵੇਖੋ ਪਾਜ DSQ ਹਸਪੀਟਲ ਜੇਲਮ ਚੰਗਾ ਅਸਦ ਬਾਈ ਚੰਗੇ ਮੈਪ ਲਾਏ ਜੇ ਚਲੋ ਆਓ ਜੀ ਹੁਣ ਤੁਹਾਨੂੰ ਗਨੀ ਵਾਲਿਆਂ ਦੇ ਘੋੜਿਆਂ ਨਾਲ ਸ਼ੁੱਕ ਸ਼ੁੱਕ ਕਰਾਈਏ ਮਾਸ਼ਾਅੱਲਾ ਜੀ ਮਾਸ਼ਾਅੱਲਾ ਓਏ ਅੰਗਨ ਦਾ ਵੀਡੀਓ ਬਣਾਈ ਆ ਨਹੀਂ ਮੈਂ ਅੰਦਰ ਕੂਲਰ ਲਾਇਆ ਜੇ ਆ ਅੰਦਰ ਜੇ ਉਹ ਵੀਡੀਓ ਸ਼ਾਮ ਦੇ ਟਾਈਮ ਤੇ ਨਾ ਉਹਨਾਂ ਦਾ ਮੂੰਹ ਉਹਨਾਂ ਕਰ ਛੱਡੀ ਸਹੀ ਹੈ ਘੋੜੇ ਖੁੱਲੇ ਹੁੰਦੇ ਨੇ ਆਪਣੇ ਆਰਾਮ ਨਾਲ ਇਹਨੂੰ ਵੀ ਸ਼ੇਰ ਖੋਖਰ ਵਾਲੇ ਦਾ ਮਾਸ਼ਾਅੱਲਾ ਮਾਲੀ ਕੀ ਬਾਤ ਹੈ ਕੀ ਬਣੀ ਦਿੱਤੀ ਅੱਛਾ ਅੱਛਾ ਜਾਨੂੰ ਵੀ ਕੱਢੇ ਦਿੱਤੀ ਮੋਟਾ ਜਿਹਾ ਮਾਰ ਦੇ ਇਹਦਾ ਕੀ ਨਾਂ ਜੇ ਅਤਾ ਸ਼ਹਿਜ਼ਾਦਾ ਅਲੀ ਅਕਬਰ ਲਿਖੇ ਆ ਤੇ ਮਾਲ ਵਿੱਚੇ ਨਸਾ ਆਇਆ ਘੋੜਿਆਂ ਦੇ ਇਥੋਂ ਬਹਾਓ ਜੀ ਅਤਾ ਸ਼ਹਿਜ਼ਾਦਾ ਅਲੀ ਅਕਬਰ ਨੇਮ ਪਲੇਟ ਲੱਗੀ ਹੈ ਜੀ ਇਹ ਕਿਹਦਾ ਬੱਚਾ ਇਹ ਵੀ ਬਸ਼ੀਰ ਖੋਖਰ ਵਾਲਾ ਅੱਛਾ ਸਾਡੇ ਕੋਲ ਸਭ ਤੋਂ ਓਵਰਾ ਬੜੀ ਗੱਲ ਅਸੀਂ ਛੱਡ ਕੇ ਵੀ ਆਉਣਾ ਇਹ ਆਪਣਾ ਕੱਲ ਕਰਦੀ ਪੂਰਾ ਕਰੀ ਨਾ ਸਾਰੇ ਇਹ ਜੀ ਨਾਮ ਇਹਦਾ ਚਾਂਦ ਥੋੜੀ ਨਹੀਂ ਅੱਛਾ
ਅੱਲਾ ਦਾ ਕਰਮ ਘੋੜੇ ਦਾ ਨਾਮ ਏ ਹੰਸਰਾਜ ਹੁਣ ਠੀਕ ਹੋ ਆਈ ਖੈਰ ਹੁਣ ਸੀਜ਼ਨ ਬੰਦ ਕਰ ਲੈ ਯਾ ਯਾ ਹੁਣ ਤੂੰ ਓਏ ਤੁਹਾਨੂੰ ਮਹਾ ਹਾ ਇਹ ਵੇਖੋ ਮਾੜਾ ਜਿਹਾ ਇਹ ਕਾਹਦੀ ਨਿਸ਼ਾਨੀ ਨਹੀਂ ਘੋੜਾ ਜੇ ਭੱਜਿਆ ਵੀ ਨਾ ਹੋਵੇ ਵਛੇਰਾ ਹੋਵੇ ਅੱਡੀ ਛੱਡੀ ਸੜੀ ਦਾ ਮੰਦ ਲੱਗਦਾ ਦੋਵੇਂ ਲੱਤਾਂ ਪਿਛਲੀਆਂ ਇੱਕ ਇੱਕ ਨਹੀਂ ਸੋ ਅਗਲੀਆਂ ਅਗਲੀ ਇੱਕ ਲੱਤ 'ਚ ਬੇਰ ਅੱਡੀ ਵੀ ਸੋਈ ਹੈ ਵੀ ਸਮਝੋ ਬਾਹਰ ਲੇਕਿਨ ਸਾਡੇ ਕੋਲ ਘੋੜਾ ਨਹੀਂ ਹੈ ਅਸੀਂ ਹਰੀਜੇ ਪਏ ਸ਼ੌਕ ਜੀ ਮੱਝਾਂ ਦਾ ਕਿਹਦਾ ਬੱਚਾ ਜ਼ੁਲੇ ਸਿਆਲ ਆਏ ਦਾ ਚੈਂਚਲ ਜ਼ੁਲੇ ਸਿਆਲ ਬਸ ਘਰ ਹੁਣ ਕੀ ਆ ਕੁੜੀ ਆ ਗਿਆ ਉਸ ਤੇ ਵੀ ਕਾਠੀ ਨਹੀਂ ਦਿੱਤੀ ਹੈ ਅੱਛਾ ਹੁਣ ਤਿਆਰ ਹੈ ਘੋੜਾ ਸ਼ਾਮ ਨੂੰ ਆਈਏ ਪਾਉਣਾ ਨਾ ਬਿਲਕੁਲ ਕਿਸੇ ਦੀ ਫੇਰ ਪਾ ਲਓ ਇਹ ਪਿੱਛੇ ਡੇਰੇ ਲਾ ਦੇਣਾ ਉੱਥੇ ਪਿੱਛੇ ਡੇਰੇ ਦੇ ਘੋੜੇ ਵੇਖਣੇ ਤਾਂ ਆਏ ਜਿਸ ਦਿਨ ਲੱਤਾਂ ਬੰਦ ਕੀਤੀਆਂ ਨੇ ਚੀੜੇ ਅੰਦਰ ਨਹੀਂ ਉਹ ਪਿਛਾਂ ਲੈ ਗਿਆ ਜਿਸ ਗੱਡੀ ਦਾ ਮੂੰਹ ਜਿੱਧਰ ਗਿੱਧਿਆ ਨਾ ਚਿੱਟਾ ਗੇੜੇ ਦਾ ਵੀ ਅੱਜ ਕੱਲ੍ਹ ਬੜਾ ਨਾ ਬੜਾ ਤਾਂ ਵਿਹਾਰ ਬਣੀ ਇਹ ਸਾਰੀਆਂ ਲੈਟਾਂ ਲੱਗੀਆਂ ਸਾਰੀਆਂ ਮਾਲਕਾਰ ਬੂਆ ਦਾ ਬਣੇ ਗੇੜ ਜਾ ਅਗਲਾ ਖੱਬੇ ਹੋ ਜੂ ਤੇ ਸਾਹਮਣੇ ਉੱਤੇ ਲੱਗੇ ਆਪਣੇ ਆਦਮ